ਪੰਜਾਬ ਦੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖੇਤੀਬਾੜੀ ਮਹਿਕਮੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸੀਜ਼ਨ ਜਿਹੜਾ ਪੈੜੀ ਦਾ ਸੀਜ਼ਨ ਝੋਨੇ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਤੇ ਇਸ ਵੇਲੇ ਆਪਣੇ ਅੱਗੇ ਬਹੁਤ ਵੱਡਾ ਇੱਕ ਚੈਲੰਜ ਹੈ ਕਿ ਆਪਾਂ ਇਰਕਾ ਜਿੱਦਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਆਪਾਂ ਨੇ ਪਰਾਲੀ ਨਹੀਂ ਸਾੜਨੀ ਪੰਜਾਬ ਦੇ ਹਵਾ ਪਾਣੀ ਨੂੰ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਪਕੜਿਆਂ ਦੇ ਦੁਆਲੇ ਦਾ ਖਿਆਲ ਰੱਖਣਾ ਪੰਜਾਬ ਸਰਕਾਰ ਤੁਹਾਡੀ ਇਸ ਵਕਤੋਂ ਕਈ ਤਰ੍ਹਾਂ ਦੀ ਮਦਦ ਕਰਦੀ ਹੈ ਅਸੀਂ 122000 ਜਿਹੜੇ ਪਦਾਲੀ ਬਚਾਉਣ ਵਾਲੇ ਸੰਧ ਹੈ ਸੁਪਰ ਸੀਡਰ ਹੈਪੀ ਸੀਡਰ ਕਈ ਕੋ ਜਿਹੜਾ ਉਹ ਸਬਸਿਡੀ ਦੇ ਦਿੱਤਾ ਹਰ ਸੁਪਰ ਸੀਡਰ ਦੇ ਪਿੱਛੇ 1 ਲੱਖ 5000 ਤੋਂ ਵੱਧ ਜਿਹੜੀ ਸਬਸਿਡੀ ਹੈ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਸੁਪਰ ਸੀਡਰ ਲੈਣੇ ਔਰ ਖਾਸ ਤੌਰ ਤੇ ਜਿਹੜੇ ਸਾਡੇ ਛੋਟੇ ਪਦਾ ਦੇ ਮੇਰੇ ਕੋਲ 2 ਕਿੱਲੇ ਵਾਲੇ 3 ਕਿੱਲੇ ਵਾਲੇ ਕਿਸਾਨ ਪਧਾਰ ਮਿਲ ਕੇ ਗਏ ਸੀਗੇ ਕਿ ਜਿਹੜੇ 10 ਕਿੱਲੇ ਵਾਲੇ 15 ਕਿੱਲੇ ਵਾਲੇ ਕਿਸਾਨ ਨੇ ਉਹ ਤੇ ਸੁਪਰ ਸੀਡਰ ਲੈ ਲੈਂਦੇ ਆ ਪਰ ਅਸੀਂ ਗਰੀਬ ਗਰੀਬ ਬੰਦੇ ਸੁਪਰ ਸੀਡਰ ਨਹੀਂ ਖਰੀਦ ਸਕਦੇ ਇਸ ਕਰਕੇ ਮੈਂ ਉਹਨਾਂ ਲਈ ਸਭ ਲਈ ਇਹ ਪ੍ਰਬੰਧ ਕੀਤਾ ਕਿ ਸਾਡੇ ਖੇਤੀਬਾੜੀ ਦੇ ਹਰ ਬਲਾਕ ਵਿੱਚ ਪੰਜ-ਪੰਜ ਮਸ਼ੀਨਾਂ ਜਿਹੜੀਆਂ ਗਰੀਬ ਪਧਾਵਾਂ ਲਈ ਗਰੀਬ ਕਿਸਾਨਾਂ ਲਈ ਆਮ ਕਿਸਾਨਾਂ ਲਈ ਜਿਹੜਾ ਉਹ ਮੈਂ ਭੇਜਦੇ ਆ ਮਾਨ ਸਰਕਾਰ ਦੀ ਸਰਕਾਰ ਭੇਜਦੀ ਹੈ ਤੁਸੀਂ ਡੀਜੀਲ ਬਾਕੇ ਆਪਣੀ ਬਜਾਈ ਜਿਹੜੀ ਉਹ ਕਰ ਸਕਦੇ ਹੋ ਔਰ ਇਸ ਸੰਬੰਧੀ ਤੁਸੀਂ ਸਾਡੇ ਖੇਤੀਬਾੜੀ ਭੋਗ ਦੇ ਜਿਹੜਾ ਬਲਾਕ ਅਫਸਰ ਹੈ ਉਹਨੂੰ ਮਿਲਣਾ ਸੰਬੰਧਤ ਵੀਡੀਓ ਨੂੰ ਮਿਲਣਾ ਮਿਲ ਕੇ ਤੁਸੀਂ ਆਪਣੀ ਇਸ ਹੈਪੀ ਸਿਟਰ ਦੇਦਾ ਪਤਾ ਦੀਦਾ ਜਿਹੜਾ ਖਾਤਮਾ ਕਰਨਾ ਤੇ ਆਪਣੀ ਕਣਕ ਜਿਹੜੀ ਬੀਜਣੀ ਹੈ ਮੈਂ ਤੁਹਾਨੂੰ ਫਿਰ ਇੱਕ ਵਾਰ ਬੇਨਤੀ ਕਰੂੰਗਾ ਕਿ ਸਦਾਤ ਭਗਵਾਨ ਸ੍ਰੀ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਔਰ ਤੁਸੀਂ ਸਭ ਨੇ ਪਧਾਲੀ ਦੀ ਸਰਨੀ ਪਧਾਲੀ ਨੂੰ ਬਚਾਉਣਾ ਅਸੀਂ ਕੋਈ ਮਤਲਬ ਕਿਸੇ ਨੂੰ ਜਿਹੜਾ ਦਬਾ ਨਹੀਂ ਦੇ ਕੇ ਕਿਸੇ ਨੂੰ ਜਿਹੜਾ ਕਾਨੂੰਨੀ ਤੌਰ ਤੇ ਨਹੀਂ ਕੁਝ ਕਹਿ ਦੇ ਪਰ ਆਪਾਂ ਹੱਥ ਜੋੜ ਕੇ ਕਹਿ ਰਹੇ ਆ ਕਿ ਤੁਸੀਂ ਸਾਰੇ ਜਾਣੇ ਇਸ ਮਹਿਮ ਦਾ ਹਿੱਸਾ ਬਣੋ ਅਸੀਂ ਬੜੀ ਵੱਡੀ ਮਹਿਮ ਜਿਹੜੀ ਆ ਉਹ ਪੰਜਾਬ ਚ ਸ਼ੁਰੂ ਕੀਤੀ ਹੈ ਤੁਹਾਨੂੰ ਇਸ ਮਹਿਮ ਦਾ ਹਿੱਸਾ ਬਣ ਕੇ ਜਿਹੜਾ ਉਹ ਪਧਾਲੀ ਨੂੰ ਸਾਹਮਣੇ ਜਿਹੜਾ ਉਹ ਲੱਗ ਜਾਣਾ ਚਾਹੀਦਾ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਹੈ ਕਿ ਸਰਕਾਰ ਨੇ ਹਰ ਪੰਜਾਬ ਦੇ ਕਿਸਾਨ ਲਈ ਹਰ ਇੱਕ ਕਿਸਾਨ ਲਈ ਜਿਹੜਾ ਪ੍ਰਬੰਧ ਕੀਤਾ ਹੈ ਵੱਡੇ ਕਿਸਾਨਾਂ ਨੇ ਖੁਦ ਸੁਪਰ ਸੀਡਰ ਖਰੀਦੇ ਆ ਤੇ ਛੋਟੇ ਵਾਲੀ ਬਲਾਕਾਂ ਦੇ ਉੱਤੇ ਸੁਪਰ ਸੀਡਰ ਜਿਹੜੇ ਉਪਲਬਧ ਕਰਾਏ ਆ ਇਸ ਕਰਕੇ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀ ਆਪਣੇ ਬੱਚਿਆਂ ਦੀ ਸਿਹਤ ਜਿਹੜੀ ਪ੍ਰਦੂਸ਼ਣ ਦੇ ਨਾਲ ਜਿਹੜੀ ਖਰਾਬ ਹੁੰਦੀ ਹੈ ਆਪਣੇ ਪਿੰਡ ਆਪਣਾ ਲਾਗਾ ਚਾਗਾ ਸਭ ਨੂੰ ਬਚਾਉਣਾ ਹੈ ਸਿਹਤ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ ਆਪਾਂ ਭਦਮਨੀ ਪਾਲਣਾ ਪਰਾਲੀ ਦਾ ਪ੍ਰਦੂਸ਼ਣ ਸਭ ਤੋਂ ਪਹਿਲਾਂ ਸਾਡਾ ਨੁਕਸਾਨ ਕਰਦਾ ਸਾਾਨੂੰ ਸਿਹਤ ਮੱਖੋ ਕਮਜ਼ੋਰ ਕਰਦਾ ਇਸ ਕਰਕੇ ਆਓ ਸਾਰੇ ਜਾਣੇ ਅੱਪਰ ਰਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਖੁਸ਼ਹਾਲ ਕਰੀਏ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਜਿਹੜੀ ਆ ਇਹਨੂੰ ਸਾਫ ਸਫਾਈ ਕਰੀਏ ਇਹ ਸਾਡੀ ਡਿਊਟੀ ਹੈ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਪੰਜਾਬ ਸਭ ਨੂੰ ਅਪੀਲ ਹੈ ਕਿ ਆਓ ਰਲ ਕੇ ਪੰਜਾਬ ਜਿਹੜਾ ਉਹ ਤੰਦਰੁਸਤ ਖੁਸ਼ਹਾਲ ਤੇ ਸੋਹਣਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ